ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਵੀਰੇ ਅੱਜ ਆਪਾਂ ਲੁਧਿਆਣੇ ਸ਼ਹਿਰ ਦੇ ਵਿੱਚ ਜੱਸੀ ਮੁੰਡੀਆਂ ਵਾਲੇ ਦੇ ਕੋਠੇ ਤੇ ਖੜੇ ਆਂ ਜੀ ਤੇ ਬਾਈ ਜੀ ਇੱਥੇ ਕੱਲ ਨੂੰ 27 ਤਰੀਕ ਨੂੰ ਦੁਸ਼ਹਿਰਾ ਕੱਪ ਉੱਡਣ ਜਾ ਰਿਹਾ ਜੀ ਤੇ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਜੀ ਤੇ ਬਹੁਤ ਸਾਰੇ ਵੀਰਾਂ ਨੇ ਇੱਥੇ ਮਤਲਬ ਜਿਹੜਾ ਕੱਪ ਦੇ ਵਿੱਚ ਪਾਰਟਿਸਪੇਟ ਕੀਤਾ ਆ ਤੇ ਕਬੂਤਰ ਬਹੁਤ ਵਧੀਆ ਵਧੀਆ ਤਿਆਰ ਕੀਤੇ ਗਏ ਨੇ ਤੇ ਮੈਂ ਇੱਥੇ ਕੋਠੇ ਤੇ ਸੀ ਤੇ ਮੈਂ ਸੋਚਿਆ ਕਿ ਵੀਰਾਂ ਨੂੰ ਕਬੂਤਰਾਂ ਦਾ ਸ਼ੌਂਕ ਕਰਵਾਉਂਦੇ ਹਾਂ ਤੇ ਕੱਲ੍ਹ ਨੂੰ ਜੀ ਇਸ ਛੱਤ ਤੋਂ 20 ਕਬੂਤਰ ਉੱਡਣਗੇ ਇਹ ਕੁਝ ਕਬੂਤਰ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਸ਼ੌਂਕ ਕਰਵਾ ਦਈਏ ਇਹਨਾਂ ਵਿੱਚੋਂ ਕਿਹੜੇ ਕਬੂਤਰ ਬਾਜੀ 'ਚ ਉੱਡਣੇ ਨੇ ਉਹ ਬਾਈ ਦੁਬਾਰਾ ਆਣ ਕੇ ਆਪਾਂ ਨੂੰ ਦੱਸਣਗੇ ਉਹ ਨੀਚੇ ਗਏ ਨੇ ਜੀ ਇਹ ਕਬੂਤਰ ਤੁਹਾਨੂੰ ਦਿਖਾ ਦਈਏ ਇਹਦੇ ਵਿੱਚ ਨੇ ਜੀ ਕਬੂਤਰੀਆਂ ਨੇ ਜਿਹੜੀਆਂ ਉੱਡਣੀਆਂ ਨੇ ਬਾਜੀ ਵਿੱਚ ਜੀ ਇਹ ਸ਼ੌਂਕ ਕਰੋ ਮੇਰੇ ਵੀਰ ਮੈਂ ਸੋਚਿਆ ਕਿ ਕਿਉਂ ਨਾ ਯਾਰਾਂ ਦੋਸਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਅਤੇ ਕੱਲ੍ਹ ਨੂੰ ਜਦ ਜੀ ਕੱਪ ਉੱਡੇਗਾ ਬਾਜੀ ਉੱਡੇਗੀ ਜਿੰਨਾ ਹੋ ਸਕੇਗਾ ਤੁਹਾਨੂੰ ਜੀ ਇਹਦੇ ਬਾਰੇ ਦੱਸਾਂਗੇ ਅਤੇ ਜਿਹੜੇ ਜਿਹੜੇ ਛੱਤ 'ਤੇ ਜਾਣ ਦਾ ਮੌਕਾ ਮਿਲਿਆ ਉਹ ਛੱਤ ਦਾ ਤੁਹਾਨੂੰ ਸ਼ੌਂਕ ਵੀ ਕਰਾਵਾਂਗੇ ਅਤੇ ਕੱਲ੍ਹ 27 ਤਰੀਕ ਸ਼ਾਮ ਨੂੰ ਆਪਾਂ ਤੁਹਾਨੂੰ ਦੱਸਾਂਗੇ ਕਿ ਰਿਜ਼ਲਟ ਕੀ ਆਇਆ ਕਿਸ ਬੰਦੇ ਦੇ ਕਬੂਤਰ ਜ਼ਿਆਦਾ ਉੱਡੇ ਇੱਥੇ ਜੀ ਬਹੁਤ ਵੱਡੇ ਵੱਡੇ ਕਰਿੰਦੇ ਬਹੁਤ ਮਤਲਬ ਵਧੀਆ ਵਧੀਆ ਜਿਹੜੇ ਕਬੂਤਰ ਆਏ ਨੇ ਉਹ ਬੈਠੇ ਨੇ ਜੀ ਸ਼ਾਮ ਰਾਤ ਨੂੰ ਲਾਈਟਾਂ 'ਤੇ ਵੀ ਕਬੂਤਰ ਉੱਤਰਦੇ ਨੇ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਇਹ ਤਾਂ ਮੌਸਮ ਬਹੁਤ ਠੰਡਾ ਆ ਜੀ ਇਹ ਤਾਂ ਗਰਮੀ ਵਿੱਚ ਵੀ ਰਾਤ ਪਵਾ ਦਿੰਦੇ ਆ ਜੀ ਇੱਥੇ ਅਤੇ ਆਪਾਂ ਦੇਖੀਆਂ ਹੋਈਆਂ ਇੱਥੇ ਪਹਿਲਾਂ ਵੀ ਬਾਜੀਆਂ ਉੱਡਦੀਆਂ ਜੀ ਵਧੀਆ ਰਿਜ਼ਲਟ ਆਉਂਦਾ ਕਬੂਤਰਾਂ ਦਾ ਬਹੁਤ ਸੋਹਣੇ ਉੱਡਦੇ ਨੇ ਜੀ ਇਹ ਬਾਈ ਉਹਨਾਂ ਦੇ ਕਬੂਤਰ ਅੱਜ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਆਪਾਂ ਇਸ ਛੱਤ ਦੇ ਉੱਤੇ ਖੜ੍ਹੇ ਹਾਂ ਅਤੇ ਇਹਦੇ ਕਬੂਤਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਦੂਸਰੀਆਂ ਛੱਤਾਂ ਦਾ ਵੀ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ ਇਹ ਛੱਤ 'ਤੇ ਜੋ ਵੀ ਕੱਲ੍ਹ ਦਾ ਰਿਜ਼ਲਟ ਰਹੂਗਾ ਇਹ ਤਾਂ ਤੁਹਾਨੂੰ ਮੈਂ 100% ਦਿਖਾਊਂਗਾ ਜੀ ਕਿਉਂਕਿ ਆਪਣੇ ਹੀ ਜ਼ਿਆਦਾਤਰ ਇੱਥੇ ਹੀ ਆਪਾਂ ਰਵਾਂਗੇ ਇਹ ਕਬੂਤਰ ਨੇ ਨਰ ਜਿਹਦੇ ਵਿੱਚੋਂ ਜੀ ਨਰ ਉੱਡਣਗੇ ਕੁਝ ਸ਼ਾਇਦ 4 ਕਬੂਤਰੀਆਂ 2 ਨਰ ਉੱਡਣਗੇ ਜੀ ਇਸ ਛੱਤ ਦੇ ਉੱਤੋਂ ਜੀ ਇਹ ਕਬੂਤਰ ਤੁਸੀਂ ਮੇਰੇ ਵੀਰ ਸ਼ੌਂਕ ਕਰੋ ਕਬੂਤਰ ਕਿੱਦਾਂ ਦੇ ਲੱਗੇ ਜੀ ਇਹ ਵੀ ਜ਼ਰੂਰ ਦੱਸਣਾ ਮੇਰੇ ਵੀਰ ਕੱਲ੍ਹ ਨੂੰ ਜੀ ਇੱਥੇ ਲੁਧਿਆਣੇ ਸ਼ਹਿਰ ਦੇ ਵਿੱਚ ਪੂਰਾ ਨਜ਼ਾਰਾ ਹੋਊਗਾ ਜੀ ਅਤੇ ਕਿਉਂਕਿ ਤੁਹਾਨੂੰ ਪਤਾ ਕਿ ਸ਼ੌਂਕ ਦੇ ਲਈ ਫਿਰ ਸਾਰਿਆਂ ਨੂੰ ਇਵੇਂ ਉਡੀਕ ਹੁੰਦੀ ਹੈ ਵੀ ਕਦ ਬਾਜੀ ਆਏ ਅਤੇ ਕਦ ਆਪਾਂ ਇਹਦਾ ਬਾਜੀ ਦਾ ਨਜ਼ਾਰਾ ਲਈਏ ਹਰ ਛੱਤ ਦੇ ਉੱਤੇ 50-50 100-100 ਬੰਦਾ ਇਕੱਠਾ ਹੋ ਜਾਂਦਾ ਹੈ ਜੀ ਬਾਜੀ ਦੇਖਣ ਦੇ ਲਈ ਕਿਉਂਕਿ ਇਸ ਵਾਰ ਤਾਂ ਕਰੋਨਾ ਦੇ ਕਰਕੇ ਵੈਸੇ ਵੀ ਦਿੱਕਤ ਰਹੀ ਆ ਅਤੇ ਬਾਜੀਆਂ ਨਹੀਂ ਹੋ ਸਕੀਆਂ ਅਤੇ ਹੁਣ ਯਾਰਾਂ ਦੋਸਤਾਂ ਨੂੰ ਮੌਕਾ ਮਿਲਿਆ ਆ ਅਤੇ ਆਪਾਂ ਸੋਚਿਆ ਕਿ ਆਪਾਂ ਵੀ ਨਾਲ ਸ਼ੌਂਕ ਕਰੀਏ ਕੱਲ੍ਹ ਐਤਵਾਰ ਦਾ ਦਿਨ 27 ਤਰੀਕ ਦੁਸ਼ਹਿਰਾ ਕੱਪ ਲੁਧਿਆਣੇ ਦਾ ਉੱਡੇਗਾ ਜੀ ਇਹ ਵੀਰ ਦੇ ਕਬੂਤਰ ਨੇ ਨਰ ਨੇ ਜੋ ਤੁਸੀਂ ਦੇਖ ਰਹੇ ਹੋ ਵਿੱਚ ਡੱਬੇ ਨੀਲੇ ਡੱਬੇ ਲਾਲ ਡੱਬੇ ਕਾਫੀ ਵਧੀਆ ਕਬੂਤਰ ਨੇ ਜੀ ਪਰਸੋਂ ਵੀਰਵਾਰ ਦੀ ਉਡਾਰ ਦੇ ਵਿੱਚ ਜੀ ਬੈਰੀ ਨੇ ਇੱਥੇ ਇੱਕ ਕਬੂਤਰੀ ਜੀ ਪਾੜ ਦਿੱਤੀ ਜ਼ਖਮੀ ਕਰ ਦਿੱਤੀ ਜੋ ਬਾਜੀ ਵਿੱਚ ਉੱਡਣੀ ਸੀ ਜੀ ਅਤੇ ਚੀਨੀ ਕਬੂਤਰੀ ਆ ਤੁਹਾਨੂੰ ਉਹ ਵੀ ਮੈਂ ਦਿਖਾਉਂਦਾ ਜੀ ਅੱਜ ਕੱਲ੍ਹ ਸ਼ੌਂਕ ਦਾ ਬਹੁਤ ਅੱਗੇ ਅੱਗੇ ਨਿਕਲੀ ਜਾ ਰਿਹਾ ਜੀ ਉਹ ਹੈ ਜੀ ਚੀਨੀ ਕਬੂਤਰੀ ਜਿਹੜੀ ਇਹ ਬੈਰੀ ਨੇ ਧੋਣ ਤੋਂ ਪਾੜ ਦਿੱਤੀ ਸੀ ਪਰ ਹੁਣ ਵਧੀਆ ਬੈਠੀ ਹੋਈ ਹੈ ਜੀ ਇਹ ਦੇਖੋ ਮੇਰੇ ਵੀਰ ਕਰੋ ਸ਼ੌਂਕ ਇਹ ਨੇ ਵੀਰ ਦੇ ਕਬੂਤਰ ਬਹੁਤ ਹੀ ਵਧੀਆ ਵਧੀਆ ਨੇ ਜੀ ਉਡਾਰ ਬਹੁਤ ਹੈ ਜੀ ਇਹਨਾਂ ਦੀ ਇਸ ਵਾਰ ਗਰਮੀਆਂ ਦੇ ਮਈ ਮਹੀਨੇ ਦੇ ਵਿੱਚ 7:40 ਦੀ ਉਡਾਰ ਆਈ ਹੈ ਜੀ ਇਸ ਛੱਤ ਤੋਂ ਬਾਜੀ ਵਾਲੇ ਦਿਨ ਬਹੁਤ ਵਧੀਆ ਉੱਡੇ ਸੀ ਪਰ ਗੱਲ ਇੱਦਾਂ ਹੈ ਜੀ ਇੱਥੇ ਉੱਪਰ ਤੋਂ ਉੱਪਰ ਪਏ ਨੇ ਕਬੂਤਰਬਾਜ ਅਤੇ ਇੱਥੋਂ ਕੋਈ ਨੰਬਰ ਨਹੀਂ ਸੀ ਲੱਗ ਸਕਿਆ ਕਿਉਂਕਿ ਡਾਕਟਰ ਮਾਂਗੜ ਜੀ ਦੇ ਕਬੂਤਰ 8 ਵਜੇ ਤੋਂ ਬਾਅਦ ਬੈਠੇ ਸੀ ਸਾਰੇ ਜੀ ਹੋਰ ਵੀ ਬਹੁਤ ਛੱਤਾਂ ਨੇ ਲੁਧਿਆਣੇ ਦੇ ਵਿੱਚ ਜਿਨ੍ਹਾਂ ਤੋਂ ਬਹੁਤ ਵਧੀਆ ਰਿਜ਼ਲਟ ਆਇਆ ਜੀ ਇੱਥੇ ਇੱਕ ਹੋਰ ਵੀ ਛੱਤ ਹੈ ਜੀ ਜਿਨ੍ਹਾਂ ਦੇ ਬਹੁਤ ਉੱਡਦੇ ਨੇ ਮੁੰਡੀਆਂ ਪਿੰਡ ਦੇ ਵਿੱਚ ਗਗਨਾ ਵੀਰ ਜੀ ਆ ਜੀ ਉਹਨਾਂ ਦੇ ਵੀ ਕਬੂਤਰ ਵਧੀਆ ਉੱਡਦੇ ਨੇ ਜੀ
ਤੁਹਾਨੂੰ ਇੱਕ ਛੱਤ ਹੋਰ ਦਿਖਾਉਂਦੇ ਹਾਂ ਜੀ। ਇੱਕ ਖੁੱਡਾ ਇਹ ਹੈ ਜੀ, ਇਹਦੇ ਵਿੱਚ ਵੱਡੇ ਪੰਛੀ ਨੇ ਜੀ, ਸਾਰੇ ਜਿੰਨੇ ਵੀ ਹੈਗੇ ਨੇ ਬਰੀਡਰ ਪੇਅਰ ਨੇ ਜੀ। ਇਹ ਵੀ ਮੇਰੇ ਵੀਰ ਦੇਖ ਲਓ, ਇਹ ਨੇ ਜੀ ਬਾਈ ਹੁਣਾਂ ਦੇ ਵੱਡੇ ਜਾਨਵਰ ਨੇ ਜੀ। ਜੱਸੀ ਮੁੰਡੀਆਂ ਵਾਲੇ ਦੀ ਇਹ ਛੱਤ ਹੈ ਜੀ ਜੋ ਤੁਸੀਂ ਦੇਖ ਰਹੇ ਹੋ। ਆਪਣਾ ਕੰਮ ਆ ਜੀ ਵੀਰਾਂ ਨੂੰ ਸ਼ੌਂਕ ਕਰਾਉਣਾ। ਮੇਰੇ ਵੀਰ ਸ਼ੌਂਕ ਕਰੋ। ਇੱਕ ਤੁਹਾਨੂੰ ਯਾਲਦਾਰ ਕਬੂਤਰ ਦਿਖਾਉਂਦੇ ਹਾਂ ਜੀ ਇਹਨਾਂ ਦੇ ਵਿੱਚ। ਆਹ ਦੋ ਬੱਚੇ ਕੱਢੇ ਹੋਏ ਨੇ ਜੀ, ਇਹ ਲਾਲ ਰੱਤੇ ਬੱਚੇ, ਇਹ ਦੇਖੋ। ਇਹ ਇੱਕ ਯਾਲਦਾਰ ਕਬੂਤਰ ਆਂਡਿਆਂ 'ਤੇ ਬੈਠੀ ਹੋਈ ਕਬੂਤਰੀ ਹੈ ਜੀ। ਇਹ ਦੇਖੋ ਜੀ ਸੋਹਣੀ ਕਬੂਤਰੀ ਹੈ ਜੀ। ਆਂਡੇ ਰੱਖੇ ਹੋਏ ਨੇ ਜੀ ਕਬੂਤਰਾਂ ਨੇ। ਇਹ ਦੇਖੋ ਜੀ ਨੰਬਰ ਲੱਗੇ ਹੋਏ ਨੇ ਤੁਹਾਨੂੰ ਅੱਜ ਦਿਖਾਈਏ ਆਂਡਿਆਂ ਦੇ ਉੱਤੇ, ਤਾਂ ਜੋ ਕੋਈ ਗਲਤੀ ਨਾ ਹੋ ਜਾਵੇ। ਬੱਚਾ ਕੱਢ ਰਹੇ ਨੇ ਇੱਕ ਵਿੱਚੋਂ, ਆਹ ਦੇਖੋ ਜੀ ਤੁਹਾਨੂੰ ਦਿਖਾਈਏ ਆਂਡੇ ਦੇ ਵਿੱਚੋਂ ਬੱਚਾ ਕੱਢ ਰਹੇ ਨੇ, ਪਰ ਕੱਢਿਆ ਨਹੀਂ ਹੋਇਆ, ਬੱਚਾ ਵਿੱਚ ਹੀ ਅਟਕਿਆ ਹੋਇਆ ਜੀ। ਮਰ ਜੂਗਾ ਇਹ, ਆਪਾਂ ਨੂੰ ਕੱਢਣੇ ਪੈਣਾ ਜੀ। ਕਬੂਤਰ ਕਈ ਵਾਰੀ ਇਹਨਾਂ ਦਿਨਾਂ ਦੇ ਵਿੱਚ ਸਲਾਬੇ ਦੇ ਕਾਰਨ ਜਿਹੜੇ ਹੈਗੇ ਆ ਬੱਚੇ ਕੱਢਦੇ ਨਹੀਂ ਜੀ ਪੂਰੇ ਚੰਗੀ ਤਰ੍ਹਾਂ ਦੇ ਨਾਲ। ਇਹ ਨੇ ਵੀਰ ਦੇ ਕਬੂਤਰ, ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਗੇ। ਇੱਕ ਇਹ ਦੇਖੋ ਜੀ ਇੱਕ ਜਾਲਦਾਰ ਬੋਰ, ਨਿੱਕੇ ਨਿੱਕੇ ਬੱਚੇ ਕੱਢੇ ਹੋਏ ਨੇ ਜੀ। ਕਰੋ ਸ਼ੌਂਕ ਮੇਰੇ ਵੀਰ। ਬਾਈ ਹੁਣਾਂ ਦੇ ਕਬੂਤਰ, ਦੇਸੀ ਕਬੂਤਰ ਵੀ ਬਾਈ ਹੁਣਾਂ ਨੇ ਵਿੱਚ ਕਾਫੀ ਰੱਖੇ ਹੋਏ ਨੇ ਇਹਨਾਂ ਵਿੱਚ। ਇਹਨਾਂ ਤੋਂ ਬੱਚੇ ਪਲਾਉਂਦੇ ਨੇ ਜੀ। ਇਸ ਸਾਈਡ ਥੋੜ੍ਹਾ ਹਨੇਰਾ ਹੈ ਜੀ, ਤੁਹਾਨੂੰ ਫਿਰ ਵੀ ਵੀਰ ਜੀ ਆਪਾਂ ਸ਼ੌਂਕ ਕਰਵਾ ਦਿੰਦੇ ਹਾਂ। ਇੱਧਰ ਥੋੜ੍ਹਾ ਹਨੇਰੇ ਦੇ ਵਿੱਚ ਦਿਖਾਈ ਨਹੀਂ ਦੇ ਰਹੇ, ਘੱਟ ਦਿੰਦੇ ਨੇ ਦਿਖਾਈ ਜੀ। ਇਹ ਕੁਝ ਬੱਚੇ ਵੀ ਕੱਢੇ ਹੋਏ ਨੇ ਜੀ, ਇਹ ਦੇਖੋ ਦੋ ਬੱਚੇ ਇਹ ਨੇ ਜੀ। ਬਾਕੀ ਵੀਰ ਤੁਹਾਨੂੰ ਇੱਧਰ ਵੀ ਦਿਖਾਉਂਦੇ ਹਾਂ ਕਬੂਤਰ ਬਾਈ ਹੁਣਾਂ ਦੇ। ਇੱਕ ਜੋੜੀ ਬਾਈ ਹੁਣਾਂ ਨੇ ਇਹਦੇ ਵਿੱਚ ਲਗਾਈ ਹੋਈ ਹੈ ਜੀ, ਇਹ ਵੀ ਤੁਹਾਨੂੰ ਸ਼ੌਂਕ ਕਰਵਾਉਂਦੇ ਜੋੜੀ ਦਾ ਜੀ। ਇਹ ਦੇਖੋ ਜੀ ਇੱਕ ਜੋੜੀ, ਇਹ ਵੱਖਰੀ ਲਗਾਈ ਹੋਈ ਹੈ ਜੀ। ਇੱਕ ਖਾਨਾ ਇਹਨੂੰ ਬਹੁਤ ਵੱਡਾ ਦਿੱਤਾ ਹੋਇਆ ਜੀ। ਬਹੁਤ ਹੀ ਅੱਛਾ ਜੋੜਾ ਜੀ ਮੇਰੇ ਵੀਰ, ਮੈਂ ਸ਼ੌਂਕ ਕਰਵਾ ਦਿੰਦੇ ਹਾਂ। ਹਰ ਕਿਸੇ ਦਾ ਆਪੋ ਆਪਣਾ ਤਰੀਕਾ ਜੀ ਬੱਚੇ ਪਲਾਉਣ ਦਾ, ਕਿਉਂਕਿ ਕਹਿੰਦੇ ਨੇ ਕਿ ਜੇ ਜੋੜੀ ਆਪਾਂ ਇਕੱਠਾ ਕਿਤੇ ਰਹਿਣ ਦੀ ਕਬੂਤਰਾਂ ਦੇ ਵਿੱਚ ਤਾਂ ਦੂਜੇ ਕਬੂਤਰ ਜਿਹੜੇ ਠਾਪ ਲਾ ਜਾਂਦੇ ਨੇ, ਅਤੇ ਬੱਚਿਆਂ ਦਾ ਉਹ ਵਧੀਆ ਫਿਰ ਰਿਜ਼ਲਟ ਨਹੀਂ ਆਉਂਦਾ ਜੀ। ਇਸ ਕਰਕੇ ਬਹੁਤ ਥਾਂ 'ਤੇ ਦੇਖੀਦਾ ਛੋਟੇ 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 ਅਲੱਗ ਅਲੱਗ ਖੁੱਡੇ ਬਣਾਏ ਜਾਂਦੇ ਨੇ ਬਰੀਡਿੰਗ ਪੇਅਰ ਦੇ ਵਾਸਤੇ, ਅਤੇ ਕੁਝ ਥਾਵਾਂ 'ਤੇ ਅਸੀਂ ਦੇਖਿਆ ਕੁਝ ਵੀਰਾਂ ਨੇ ਤਾਂ ਇਕੱਠੇ ਰੱਖੇ ਹੁੰਦੇ ਆ ਜੀ। ਬਾਕੀ ਇਹ ਡੋਲੀਆਂ ਪਿੰਜਰੇ ਨੇ ਬਾਈ ਹੁਣਾਂ ਦੇ, ਜਿਵੇਂ ਤੁਸੀਂ ਦੇਖਦੇ ਹੋ ਇਹਨਾਂ ਦੇ ਵਿੱਚ ਇਹ ਸਾਂਭੇ ਜਾਂਦੇ ਨੇ ਕਬੂਤਰ ਜੀ। ਛਤਰੀ ਦੋ ਰੰਗ ਦੀ ਲਾਈ ਹੋਈ ਆ ਜੀ, ਨੀਲੀ ਅਤੇ ਲਾਲ। ਬਹੁਤ ਹੀ ਵਧੀਆ ਸ਼ੌਂਕ ਕੀਤਾ ਹੋਇਆ ਬਾਈ ਹੁਣਾਂ ਦਾ। ਇਸ ਟਾਈਮ ਇਹ ਫੱਟੀਆਂ ਵੀ ਉੱਪਰ ਲਗਾਈਆਂ ਹੋਈਆਂ ਨੇ। ਪੁਰਾਣਾ ਪਹਿਲਾਂ ਇੱਥੇ ਜੀ ਦੇਸੀ ਕਬੂਤਰਾਂ ਦਾ ਸ਼ੌਂਕ ਕੀਤਾ ਜਾਂਦਾ ਸੀ ਜੀ, ਅਤੇ ਹੁਣ ਇੱਥੇ ਮਲਵਈਆਂ ਦਾ ਸ਼ੌਂਕ ਕੀਤਾ ਜਾ ਰਿਹਾ ਹੈਗਾ ਜੀ। ਅਤੇ
एक सारे वीरां नूं बेनती है जी, अपना जिहड़ा चैनल आ विराट पीजन क्लब सबसक्राइब जरूर करियो। तुहानूं बाजियां दा लाइव शौक भी करावांगे जी, जिथे भी जावांगे। कल नूं लुधियाणे दा शौक जिहड़ा हैगा तुहानूं वध तों वध कराउण दी कोशिश करांगे, ते शाम नूं दसांगे कि रिजल्ट आया हैगा आ, वह एक वीडियो तुहानूं स्पैशल आपां दिखावांगे जी। वीडियो नूं लाइक शेयर करना, चैनल नूं सबसक्राइब करना जी। धन्नवाद जी।